जिहड़ी सरकार ने बस चलाई है घोड़े वाली फ्री बस बुढ़िया वास्ते बुढ़िया वास्ते हाँ तो उन्हां बारे आपां गल फिर कर लैंदे आ। पहले दिन चार पंज गालां कढ गई, दूजे दिन रोटियां विचाले छड गई, आधार कार्ड लेके घरों हो गई है फरार, आधार कार्ड लेके घरों हो गई है फरार, जाके केरां तक गवंडियां दे घरे खड़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई। बस वो चढ़ गई घोड़े वाली ते मुड़ के कदों आई? मुड़ती वा तां उहदे पंगा ही पै गया ते गल इह आ वी आपां तां गीत लिखणा सी आधार कार्ड ते ठीक है बोले ਉਹ ਥੱਪ ਲਾਂਗੇ ਰੋਟੀਆਂ ਤੇ ਰਿੰਨ ਲਾਂਗੇ ਦਾਲ ਨੀ, ਸ਼ੌਂਕ ਨਾਲ ਛੱਕ ਲਾਂਗੇ ਮੁਰਗੇ ਦੇ ਨਾਲ ਨੀ। ਜਦੋਂ ਉਦੋਂ ਤੁਸੀਂ ਸ਼ੁਰੂਆਤ ਕੀਤੀ ਕੀ ਲਿਖਿਆ ਫਿਰ? ਉਦੋਂ ਮੋਮਬੱਤੀ ਲਾ ਲਈ, ਮੋਮਬੱਤੀ ਲਾ ਕੇ ਤੇ ਪਹਿਲਾਂ ਪੱਗ ਲਾਇਆ ਜਾ ਕੇ, ਟੁੱਟਿਆ ਜਿਹਾ ਕੋਠਾ ਮੇਰਾ ਝਾਕੀ ਇਹਨਾਂ ਘਰ ਵਾਲੀ ਪਈ ਸੀ, ਘਰ ਵਾਲੀ ਤੋਂ ਗੀਤ ਆਪਾਂ ਸਟਾਰਟ ਕਰਦੇ। ਨੰਬਰ ਇੱਕ ਟਾ ਕੇ ਗੱਡੀ ਭਰ ਕੇ ਲਿਆਂਦੀ ਦਿੱਤੀ ਉੱਤੇ ਤੁਰ ਪਾ ਲਵੇ ਤੂੰ ਪਾ, ਚੰਨਾ ਮੈਂ ਤੇਰੀ ਸੁੱਖ ਮੰਗਦੀ, ਚੰਨਾ ਮੈਂ ਤੇਰੀ ਸੁੱਖ ਮੰਗਦੀ, ਜਿਹੜਾ ਦਿੱਲੀ ਦਾ ਤੂੰ ਲਾ ਕੇ ਖਾ ਰਿਹਾ, ਚੰਨਾ ਮੈਂ ਤੇਰੀ ਸੁੱਖ ਮੰਗਦੀ। ਕਹਿੰਦਾ ਆ ਗਿਆ ਬਦਰਹੀਓ, ਕੋਈ ਕਹਿੰਦਾ ਮਾਨਕ ਸਾਹਿਬ ਆ ਗਏ, ਕੋਈ ਕਹਿੰਦਾ ਚਮਕੀਲਾ ਆ ਗਿਆ, ਤੇ ਉਹਦੀ ਸਮਝ ਲਾ ਵੀ ਜਿੱਥੇ ਹਰੀ ਠਹਿਰਾ, ਉਹਨਾਂ ਨੇ ਕਹਿੰਦਾ ਲਓ ਵੀ ਤੂੰ ਵੀ ਕੱਢ ਕੇ, ਤੂੰ ਵੀ ਅਸੀਂ ਛੱਡੀ ਨੀ। ਅਸੀਂ ਰਹਿੰਦੇ ਗੋਰੀ ਹੈ ਨਿੱਤਪੁਰ ਦੇ, ਅਸੀਂ ਤੇਰੇ ਸਾਹਾਂ ਵਿੱਚ ਲੈਂਦਾ ਨੀ ਮਸਾਂ, ਉਹ ਗੱਡੀ ਮੇਰੀ ਨਾਗ ਦੀ ਬੱਚੀ ਨੀ ਦਿੰਦੀ ਮਿੰਟਾਂ ਜਵਾਟ ਮਕਾ, ਉਹ ਗੱਡੀ ਮੇਰੀ ਨਾਗ ਦੀ ਬੱਚੀ। ਆਵਾਜ਼ ਡਰਾਈਵਰੀ ਕਰਨੀ ਬਹੁਤ ਔਖੀ ਔਖੀ ਹੈ, ਬਹੁਤ ਔਖੀ ਹੈ, ਐਡੀਆਂ ਐਡੀਆਂ ਲੰਬੀਆਂ ਗੱਡੀਆਂ ਚਲਾਉਣੀਆਂ ਬਹੁਤ ਔਖੀ। ਅੱਜ ਕੱਲ੍ਹ ਕੋਈ ਡਰਾਈਵਰ ਨੂੰ ਬਾਸ ਨਹੀਂ ਖੜਨ ਦਾ, ਇੱਥੇ ਗੱਡੀ ਆਪਾਂ ਹੁਣ ਲੱਗਦੇ ਹਾਂ, ਇੱਥੇ ਉਹਨੂੰ ਗਾਹ ਕਰ, ਇਹਨੂੰ ਗਾਹ ਕਰ, ਗਾਹ ਕਰਨ ਵਾਲੇ ਸਾਰੇ ਪਿਛਲਾ ਕੋਈ ਕਹਿੰਦੇ ਨਹੀਂ। ਸਾਨੂੰ ਗੱਡੀ ਜਿਵੇਂ ਮਤਲਬ ਕਿ ਦੇਸਾਂ ਪ੍ਰਦੇਸਾਂ 'ਚ ਲੈ ਜਾਂਦੀ ਆ, ਅਸੀਂ 20-25 ਮਹੀਨਾ 6-6 ਨਹੀਂ ਮੁੜਦੇ, ਬਿਲਕੁਲ ਨਹੀਂ ਮੁੜਦੇ, ਉੱਥੇ ਸਾਡਾ ਪਿਆਰ ਗੱਡੀ ਨਾਲ ਹੀ ਹੁੰਦਾ। ਗੱਡੀ ਕਹਿੰਦੀ ਆ ਡਰਾਈਵਰ ਨੂੰ, ਕਾਰ ਨਾਲ ਰੱਖੀ ਮੈਨੂੰ ਸਾਂਭ ਕੇ ਡਰਾਈਵਰ, ਲੱਗ ਜਾਂਦਾ ਬੜੀ ਦੂਰੋਂ ਮਾਲਕਾਂ ਦਾ ਕੈਮਰਾ, ਉਹ ਜਿੱਟੀ ਰੋੜੀ ਉੱਤੇ ਮੈਨੂੰ ਸਾਈਡ 'ਤੇ ਚਲਾਈ, ਜਿੱਟੀ ਰੋੜੀ ਉੱਤੇ ਮੈਨੂੰ ਸਾਈਡ 'ਤੇ ਚਲਾਈ, ਹੋਵੇ ਸੋਨੇ ਦੀਆਂ ਕੰਨਾਂ 'ਚ ਪਵਾ ਦੂੰ ਮੁੰਦਰਾਂ, ਨੋਟਾਂ ਦੀਆਂ ਸੋਹਣੀਆਂ ਮਨੇਰੀਆਂ ਲਿਆ ਤੂੰ, ਟਾਟਾ ਦੀ ਖਰੀਦ ਮੈਂ ਵੀ ਰਾਣੀ ਸੁੰਦਰਾਂ, ਨੋਟਾਂ ਦੀਆਂ ਸੋਹਣੀਆਂ ਮਨੇਰੀਆਂ ਲਿਆ ਤੂੰ, ਟਾਟਾ ਦੀ ਖਰੀਦ ਮੈਂ ਵੀ ਰਾਣੀ ਸੁੰਦਰਾਂ। ਅਤੇ ਮਤਲਬ ਕਿ ਅਸੀਂ ਸ਼ਰਾਬ ਸ਼ਰੂਬ ਪੀ ਕੇ ਗੱਡੀ 'ਚ ਨਹੀਂ ਵੜਦੇ ਸੀ, ਅਸੀਂ ਧੂਫ ਬੱਤੀ ਲਾਉਣੀ, ਹੱਥ ਨੂੰ ਗੁਣ ਕੱਪੜਾ ਮਾਰ ਕੇ ਵਿੱਚੋਂ ਬਾਹਰੋਂ ਮਿੱਟੀ ਆਇਆ ਘੋੜਾ ਚਿੱਟੇ ਦੁੱਧਰ ਗੇੜੇ ਦੁੱਧਰ ਗੇੜ ਕੋਲਾ, ਠੀਕ ਹੈ ਐਂ ਰੱਖਦੇ ਸ਼ਗਾ, ਚੱਕ ਦੂੰ ਗਰੀਬੀ ਤੇਰਾ ਕੱਢ ਦੂੰਗੀ ਘੋੜਵੇ, ਉੱਚੀਆਂ ਜੋੜਾਂ ਦੇ ਵਿੱਚ ਜੋੜ ਦੂੰਗੀ ਜੋੜਵੇ। ਅਤੇ ਡਰਾਈਵਰਾਂ ਦਾ ਜਾਮ ਲੱਗਿਆ ਸੀ, ਗੱਡੀਆਂ ਗਈਆਂ ਸੀ, ਅਤੇ ਉੱਥੇ ਮਨ ਤਾਂ ਗੱਡੀ 'ਚੋਂ ਬਾਹਰ ਨਿਕਲਣੇ ਨਹੀਂ ਦਿੰਦੇ ਸੀ, ਮਾਨਕ ਸਾਹਿਬ ਉਹ ਨੰਬਰ ਦੇ ਕੇ ਜਾਇਓ, ਉਹਨਾਂ ਨੂੰ ਐਂ ਨਹੀਂ ਪਤਾ ਸੀ ਵੀ ਇਹ ਗੱਡੀ ਲੈ ਕੇ ਆਇਆ, ਇੱਥੇ ਕਹਿੰਦੇ ਕਿਤੇ ਗਾਉਣ ਵਾਸਤੇ ਆਇਆ, ਮੇਰੀ ਗੱਡੀ 'ਚ ਹੀ ਹੁੰਦੀ ਆ ਤੂੰ ਵੀ। ਉਹ ਸੱਜਣਾ ਤੂੰ ਮੈਨੂੰ ਕੂਣੀ ਮੋੜ ਤੋਂ ਬਚਾਈ, ਸੱਜਣਾ ਤੂੰ ਮੈਨੂੰ ਕੂਣੀ ਮੋੜ ਤੋਂ ਬਚਾਈ, ਹੈਵੇ ਬਾਂਸਪਤੀ ਝੋਨੇ ਵਾਂਗੂੰ ਕੱਢੂ ਮੁੰਜਰਾਂ, ਨੋਟਾਂ ਦੀਆਂ ਸੋਹਣੀਆਂ ਮਨੇਰੀਆਂ ਲਿਆ ਤੂੰ, ਟਾਟਾ ਦੀ ਖਰੀਦ ਮੈਂ ਵੀ ਰਾਣੀ ਸੁੰਦਰਾਂ। ਮੁਸ਼ਕਲਾਂ ਕਿਹੜੀਆਂ ਆਉਂਦੀਆਂ ਡਰਾਈਵਰ ਨੂੰ? ਮਤਲਬ ਡਰਾਈਵਰ ਨੂੰ ਮੁਸ਼ਕਲਾਂ ਇਹ ਹੀ ਆ ਜੀ, ਇੱਕ ਤਾਂ ਘਰੋਂ ਬੱਚਿਆਂ ਕੋਲੋਂ ਦੂਰ ਜਾਣਾ, ਬਾਹਰ ਵਾਕਿਆ ਹੀ ਬਥੇਰੇ ਹੋ ਜਾਂਦੇ ਆ, ਡਰਾਈਵਰ ਇਕੱਲਾ ਹੀ ਹੁੰਦਾ। ਜਿਵੇਂ ਡਰਾਈਵਰੀ ਵਿੱਚ ਹੁਣ ਵੀ ਵਾਇਦਾ ਵੁਇਦਾ ਹੈ, ਕੋਈ ਕਮਾਈ ਕਮੂਈ ਹੈ ਕਿ ਨਹੀਂ ਡਰਾਈਵਰੀ ਦੇ ਵਿੱਚ? ਹੁਣ ਡੀਜ਼ਲ ਕਰਕੇ ਨਹੀਂ, ਕਿਵੇਂ? ਕਿਉਂਕਿ ਡੀਜ਼ਲ ਬਹੁਤ ਮਹਿੰਗਾ, ਹਾਂ ਗੱਡੀਆਂ ਦੇ ਕਿਰਾਏ ਉਨੇ ਹੈਗੇ। ਡੀਜ਼ਲ ਬਾਰੇ ਵੀ ਆਪਾਂ ਗੀਤ ਲਿਖਿਆ, ਆਪਾਂ ਗੀਤ ਦੱਸ ਕਿਵੇਂ ਘਵਾਟੀ ਜਾਵਾਂਗੇ ਅਸੀਂ, ਮਾਲ ਕਿਵੇਂ ਭੁਗਤਾਵਾਂਗੇ, ਕੀ ਰਾਸ਼ਨ ਪਾਣੀ ਲਿਆਵਾਂਗੇ, ਫਿਰ ਵਿੱਚ ਸਬਜ਼ੀਆਂ ਸੜ ਜਾਣੀਆਂ, ਕੋਈ ਕਰੋ ਉਪਰਾਲਾ ਡੀਜ਼ਲ ਦਾ ਰੋੜੀ 'ਤੇ ਗੱਡੀਆਂ ਖੜ ਗਈਆਂ। ਲੋਕਵਾਜ ਟੀਵੀ ਨਾਲ ਜੁੜਿਆ ਤੁਸੀਂ, ਮੈਂ ਹਾਂ ਮੁਮਤਾਜ। ਦੋਸਤੋ, ਅੱਜ ਇੱਕ ਅਜਿਹੇ ਕਲਾਕਾਰ ਨਾਲ ਮਨਾਉਣ ਜਾ ਰਹੇ ਹਾਂ, ਤੁਹਾਨੂੰ ਮਿਲ ਕੇ ਖੁਸ਼ੀ ਵੀ ਹੋਵੇਗੀ, ਆਨੰਦ ਆਊਗਾ ਇਹ ਸਾਰੀ ਇੰਟਰਵਿਊ ਸੁਣ ਕੇ। ਟਰੱਕ ਡਰਾਈਵਰ ਨੇ, ਉਹਨਾਂ ਦਾ ਨਾਮ ਹੈ AS ਮਾਨਕ, ਤੂੰਬੀ ਵੀ ਵਜਾਉਂਦੇ ਨੇ, ਖੁਦ ਲਿਖਦੇ ਵੀ ਨੇ ਅਤੇ ਖੁਦ ਗਾਉਂਦੇ ਵੀ ਨੇ। ਸਾਰੀ ਗੱਲਬਾਤ ਕਰਾਂਗੇ ਸੁਣ ਕੇ, ਵਾਕਈ ਤੁਹਾਨੂੰ ਆਨੰਦ ਬੜਾ ਆਉਣਾ ਹੈ ਅੱਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ ਬਹੁਤ ਠੀਕ ਠਾਕ, ਤੁਸੀਂ ਸੁਣਾਓ ਜੀ। ਬਹੁਤ ਵਧੀਆ ਜੀ। ਅੱਛਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਤੁਹਾਨੂੰ ਲਿਖਣ ਅਤੇ ਗਾਉਣ ਦਾ ਜਿਹੜਾ ਸ਼ੌਂਕ ਹੈ, ਇਹ ਕਦੋਂ ਪਿਆ ਜੀ? ਇਹ ਅਸੀਂ ਛੋਟੇ ਜਿਹੇ ਸਰਪੰਚ ਬਲਵਿੰਦਰ ਸਿੰਘ ਕੋਠੇ ਕੇਰ ਸਿੰਘ ਵਾਲਿਆਂ 'ਚ ਰਹਿੰਦੇ ਸੀ, ਉਹਨਾਂ ਦੇ ਸਹੁਰਿਆਂ ਤੋਂ ਇੱਕ ਬੰਦਾ ਰਹਿੰਦਾ ਸੀ ਰੇਸ਼ਮ ਝੁੰਬੇ ਤੋਂ ਜੀ, ਰੇਸ਼ਮ ਸਿੰਘ ਝੁੰਬਾ ਵਾਲਾ ਝੁੰਬਾ, ਉਹ ਅਸੀਂ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪੂਣੀ ਪਿਆਉਂਦੇ ਸੀ, ਇਸੇ ਸੂਏ 'ਤੇ ਆਉਂਦੇ ਸੀ। ਅੱਛਾ। ਅਤੇ ਤੂੰਬੀ ਅਸੀਂ ਰੱਖਦੇ ਸੀ ਨਾਲ ਹੀ। ਠੀਕ ਹੈ। ਤੂੰਬੀ ਅਸੀਂ ਮੈਨੂੰ ਉਸ ਬੰਦੇ ਨੇ ਬਣਾ ਕੇ ਦਿੱਤੀ ਸੀ। ਅੱਛਾ ਜੀ। ਅਤੇ ਅਸੀਂ ਕਰਤਾਰ ਸਿੰਘ ਰੌਲਾ ਜੀ ਦਾ ਖੜਾ ਵੇਖਿਆ ਸੀ ਪਿੰਡ ਨਿਆਮੀ ਵਾਲੇ। ਠੀਕ ਹੈ। ਹੋ ਗਏ 35 ਸਾਲ ਪੁਰਾਣੇ। ਠੀਕ ਹੈ। ਜਦੋਂ ਅਸੀਂ ਮੁੜ ਕੇ ਆਏ
ਤੇ ਮੈਨੂੰ ਕਹਿੰਦਾ ਵੀ ਇਹ ਆਪਾਂ ਕੰਮ ਕਰ ਲਾਂਗੇ। ਹਾਂ ਮੈਂ ਕਿਹਾ ਆਪਾਂ ਤਾਂ ਹੋਣਾ ਨਹੀਂ। ਠੀਕ ਹੈ। ਕਹਿੰਦਾ ਨਹੀਂ ਆਪਾਂ ਕਰ ਲਾਂਗੇ। ਹਾਂ ਮੈਂ ਕਿਹਾ ਫਿਰ ਮੈਨੂੰ ਤੂੰ ਵੀ ਕੌਣ ਸਿਖਾਊ? ਅੱਛਾ। ਉਹ ਕਹਿੰਦਾ ਵੀ ਤੂੰ ਵੀ, ਤੈਨੂੰ ਮੈਂ ਸਿਖਾ ਦੂੰਗਾ ਜੀ। ਮੈਂ ਕਿਹਾ ਜੀ ਚਲੋ ਠੀਕ ਹੈ, ਤੁਸੀਂ ਸਿਖਾ ਦਿਓ। ਉਹਨਾਂ ਨੇ ਮੈਨੂੰ ਇਹ ਤੂੰਬੀ ਤਿਆਰ ਕਰਕੇ ਦਿੱਤੀ ਆ ਅਤੇ ਉਹਨਾਂ ਦੀ ਮੈਂ ਸ਼ਿਕਰਦਾ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਠੀਕ ਹੈ। ਅਤੇ ਉਸ ਤੋਂ ਬਾਅਦ ਮੈਂ ਪੱਗ ਉਸਤਾਦੀ ਸ਼ਿਕਰਦੀ ਦੀ ਬਲਵਿੰਦਰ ਬਿੱਲਾ ਦੀ ਬੀਬੀ ਅਮਨਦੀਪ ਜੈਤੋਂ ਵਾਲੇ ਨੂੰ ਦਿੱਤੀ ਆ। ਠੀਕ ਹੈ ਜੀ। ਹਾਂਜੀ, ਇਸ ਕਰਕੇ ਮੈਨੂੰ ਲੇਬਰ ਭਰਾਵਾਂ ਨੇ, ਟਰੱਕ ਡਰਾਈਵਰ ਨੇ, ਆਪਰੇਟਰਾਂ ਨੇ ਮੈਨੂੰ ਗਾਉਣ ਦੇ ਸ਼ੌਂਕ 'ਚ, ਉਹ ਕਹਿੰਦੇ ਵੀ ਛੱਡੇ ਹੀ ਨਾ, ਕਿਤੇ ਨਾ ਕਿਤੇ ਤੁੱਕਾ ਲੱਗ ਹੀ ਜਾਣਾ ਹੁੰਦਾ। ਬਿਲਕੁਲ। ਮੈਂ ਕਿਹਾ ਠੀਕ ਹੈ ਜੀ, ਅਤੇ ਅਸੀਂ ਛੱਡਿਆ ਨਹੀਂ। ਠੀਕ ਹੈ। ਇਸ ਕਰਕੇ ਤੁਹਾਡੇ ਨਾਲ ਸਾਡੇ ਸੰਬੰਧ ਅੱਜ ਬਲਕਾਰਨ ਸਿੰਘ ਜੈਤੋਂ ਜਿਹਨੇ ਕਰਵਾਇਆ। ਅਤੇ ਜਿਹੜਾ ਗੀਤ ਲਿਖਦੇ ਹੋ, ਹੈ ਨਾ, ਹਾਂਜੀ, ਇਹ ਲਿਖਣ ਦਾ ਕਿਵੇਂ ਆਇਆ ਵੀ? ਕਿਉਂਕਿ ਲਿਖਣਾ, ਗਾਉਣਾ ਵੱਖਰੀ ਗੱਲ ਆ, ਵਜਾਉਣਾ ਵੱਖਰੀ ਗੱਲ ਆ, ਲਿਖਣਾ ਉਦੋਂ ਵੱਖਰੀ ਗੱਲ ਆ। ਉਹ ਵੀ ਵੱਖਰੀ ਹੈ ਜੀ। ਹਾਂ, ਲਿਖਣ ਵਾਲੇ ਪਾਸੇ ਕਿਵੇਂ ਆਏ ਫਿਰ? ਇਹ ਲਿਖਣ ਵਾਲੇ ਪਾਸੇ ਆਏ ਆ ਜੀ, ਸਾਡੇ ਕੋਲ ਪੱਟੀ ਮਾੜੀ ਵਾਲਾ ਆਉਂਦਾ ਹੁੰਦਾ ਸੀ। ਹਾਂ। ਅਤੇ ਅਸੀਂ ਉਹਦੇ ਨਾਲ ਮਤਲਬ ਕਿ ਤੁਰਦੇ ਫਿਰਦੇ, ਅਤੇ ਸ਼ਾਮ ਨੂੰ ਸਾਡੇ ਕੋਲ ਹੀ ਪੈਣਾ ਉਹਨੇ ਜੀ, ਸਾਡੇ ਕੋਲ ਹੀ ਰਹਿਣਾ, ਕਿਤੇ ਉੱਠ ਜਾਣਾ ਉਹਨੇ, ਕਿਤੇ ਆ ਜਾਣਾ। ਉਹ ਸੀਗਾ ਆਪਣੇ ਜੈਤੋਂ ਤੋਂ ਮੁੰਡਾ ਰਣ ਸਿੰਘ ਵਾਲਾ, ਕਾਲਾ ਡਰਾਈਵਰ ਜੀ, ਉਹਦਾ ਸ਼ਿਕਰਦ ਆ ਉਹ। ਠੀਕ ਹੈ। ਅਤੇ ਅਸੀਂ, ਸਾਡੀ ਦੋਸਤੀ ਸੀਗੀ, ਅਤੇ ਅਸੀਂ ਉਹਦੇ ਨਾਲ ਮਿਲਦੇ ਵਲਤੇ ਰਹੇ। ਅਤੇ ਉਸ ਤੋਂ ਬਾਅਦ ਸਮਝ ਲਏ, ਮੈਨੂੰ ਭੱਟੀ ਸਾਹਿਬ ਨੇ ਇੱਕ ਗੱਲ ਦੱਸੀ, ਉਹ ਤੋਂ ਮੈਂ ਕਿਹਾ ਗੀਤ ਮੰਗਿਆ ਸੀ ਟਰੱਕ ਡਰਾਈਵਰ, ਮੈਂ ਕਿਹਾ ਵੀ ਆਪਾਂ ਗੀਤ ਰਿਕਾਰਡ ਕਰਾਵਾਂਗੇ। ਅੱਛਾ। ਉਹਨਾਂ ਨੇ ਗੀਤ ਮੈਨੂੰ ਦਿੱਤਾ ਨਹੀਂ, ਦਿੱਤਾ ਨਹੀਂ। ਕਹਿੰਦਾ 2500 ਰੁਪਇਆ ਲਾਉ। 2500? ਕਦੋਂ ਦੀ ਗੱਲ ਹੈ ਇਹ? ਘੱਟੋ ਘੱਟ 10 ਸਾਲ ਦੀ ਗੱਲ ਹੈ। ਅੱਛਾ, ਉਦੋਂ 2500 ਮੰਗਿਆ? 2500 ਮੰਗਿਆ। ਮੈਂ ਕੋਈ ਨਹੀਂ ਉਸਤਾਦ ਜੀ, ਤੁਹਾਡਾ ਨਾਂ ਚੱਲਦਾ, ਜੇ ਤੁਹਾਡੇ ਨਾਂ ਦੇ ਨਾਲ ਅਸੀਂ ਮਾੜਾ ਜਿਹਾ ਜੇ ਉੱਪਰ ਹੋ ਜਾਵਾਂਗੇ ਤਾਂ ਮਿਹਰਬਾਨੀ ਤੁਹਾਡੀ। ਉਹ ਕਹਿੰਦਾ ਵੀ ਚੰਗਾ, ਮਤਲਬ ਕਿ ਦਾਰੂ ਦੂਰੂ ਵਿਚਾਰਾ ਵੱਧ ਪੀਂਦਾ ਥੋੜ੍ਹੀ ਜਿਹੀ। ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਉਹ ਗੀਤ, ਕਹਿੰਦਾ ਜਦੋਂ ਲਿਖਣਾ ਹੋਵੇ ਨਾ ਅਤੇ ਮੈਨੂੰ ਕਹਿੰਦਾ ਜਦੋਂ ਤੂੰ ਗਾਉਣਾ ਹੋਇਆ ਉਦੋਂ ਦੱਸੀ, ਮੈਂ ਸੀਟ 'ਤੇ ਬਹਿ ਕੇ ਲਿਖੂੰ। ਹਾਂ। ਮੈਂ ਕਿਹਾ ਜੀ ਠੀਕ ਆ। ਫਿਰ ਉਹਨੇ ਮੈਨੂੰ ਦੱਸਿਆ, ਉਹ ਕਹਿੰਦਾ ਜਦੋਂ ਪੁੱਤ ਲਿਖਣਾ ਹੋਵੇ ਨਾ ਅਤੇ ਗੀਤ ਦੀਆਂ ਘੁੰਡੀਆਂ ਵਕੀਲਾਂ ਵਾਂਗੂ ਹੋਣੀਆਂ ਚਾਹੀਦੀਆਂ। ਠੀਕ ਹੈ। ਉਸ ਤੋਂ ਬਾਅਦ ਫਿਰ ਅਸੀਂ ਦਿਮਾਗ ਨਾਲ ਸੋਚ ਕੇ ਗੀਤ ਲਿਖਣ ਲੱਗ ਗਏ। ਭਾਈ ਉਹ ਗੱਲ ਮਨ 'ਚ ਬਿਠਾ ਲਈ? ਹਾਂ, ਉਹ ਗੱਲ ਮਨ 'ਚ ਬਿਠਾ ਲਈ। ਹਾਂ। ਜਦੋਂ ਮਨ 'ਚ ਬਿਠਾਈ ਅਸੀਂ ਤਾਂ ਉਹ ਪੱਕਾ ਹੋ ਗਿਆ ਮੈਨੂੰ। ਹਾਂ। ਪਹਿਲਾਂ ਮੈਂ ਲਿਖਦਾ ਮੇਰਾ ਗੀਤ ਫਿੱਟ ਕਰਦਾ ਨਹੀਂ ਸੀ ਕੋਈ। ਉਹ ਜਦੋਂ ਮੈਂ ਆ ਕੇ ਦੁਬਾਰਾ ਫਿਰ ਲਿਖਿਆ, ਅਤੇ ਨਵੀਂ ਘੋੜੇ ਵਾਲੀ ਬੱਸ ਜਿਹੜੀ ਆਧਾਰ ਕਾਰਡ ਵਾਲੀ ਆ, ਇਹਦੇ ਆਪਣੇ ਲਿਖਿਆ ਹੋਇਆ ਗੀਤ ਆ। ਠੀਕ ਹੈ। ਅਤੇ ਜੇ ਨਹੀਂ, ਜਦੋਂ ਉਦੋਂ ਤੁਸੀਂ ਸ਼ੁਰੂਆਤ ਕੀਤੀ ਵੀ ਚਲੋ ਹੁਣ ਵਕੀਲਾਂ ਕੁੰਡੀਆਂ ਹੋਣੀਆਂ ਚਾਹੀਦੀਆਂ, ਹਾਂਜੀ ਵੀ ਲਿਖੀਏ, ਹਾਂਜੀ, ਕੀ ਲਿਖਿਆ ਫਿਰ ਉਦੋਂ? ਉਦੋਂ ਮੈਂ ਗੀਤ ਲਿਖਿਆ ਜੀ, ਫਿਰ ਆਪਣੇ ਲਾਈਟ ਵੀ ਨਹੀਂ ਹੁੰਦੀ ਸੀ। ਅੱਛਾ। ਪਿੰਡ ਕੋਠੇ ਕੇਰ ਸਿੰਘ ਵਾਲਿਆਂ ਦੀ। ਮੈਂ ਆ ਕੇ ਰਾਤ ਨੂੰ ਸ਼ਰਾਬ ਮੇਰੀ ਵੀ ਪੀਤੀ ਸੀ। ਮੈਂ ਕਿਹਾ ਯਾਰ ਜਦੋਂ ਆਪਾਂ 5000 ਬੰਦਾ ਮੂਹਰੇ ਖਿਲਾਰ ਲੈਂਦੇ ਹਾਂ ਅਤੇ ਆਪਾਂ ਨੂੰ ਮੈਂ ਲਿਖਣਾ ਨਹੀਂ ਆਉਂਦਾ, ਲਿਖਣਾ ਵੀ ਆਜੂਗਾ ਮੋਹ। ਉਸ ਤੋਂ ਬਾਅਦ ਮੈਂ ਜਾ ਕੇ ਫਿਰ ਗੀਤ ਲਿਖਿਆ, ਮੋਮਬੱਤੀ ਲਾ ਲਈ, ਮੋਮਬੱਤੀ ਲਾ ਕੇ ਅਤੇ ਪਹਿਲਾਂ ਪੱਗ ਲਾਇਆ ਜਾ ਕੇ, ਮੋਮਬੱਤੀ ਲਾ ਲਈ। ਠੀਕ ਹੈ। ਮੋਮਬੱਤੀ ਲਾ ਕੇ ਮੈਂ ਕਿਹਾ ਵੀ ਗੀਤ ਸਟਾਰਟ ਕਰਨਾ ਅਤੇ ਕਿੱਥੋਂ ਕਰਕੇ ਝੱਕ ਹੀ ਜਾਣਾ ਕਮਰੇ 'ਚ ਬੈਠਾ, ਟੁੱਟਿਆ ਜਿਹਾ ਕੋਠਾ ਮੇਰਾ, ਝੱਕ ਹੀ ਜਾਣਾ। ਘਰ ਵਾਲੀ ਪਈ ਸੀ, ਘਰ ਵਾਲੀ ਤੋਂ ਗੀਤ ਆਪਾਂ ਸਟਾਰਟ ਕਰਤਾ। ਕਿਵੇਂ? ਉਹ ਗੀਤ ਯਾਦ ਆ ਤੁਹਾਨੂੰ? ਉਹ ਗੀਤ ਮੇਰੇ ਧਾਰ ਲੈਣਾ ਯਾਦ ਹੈ। ਸੁਣਾਓਗੇ? ਉਹ ਗੀਤ ਆਪਾਂ ਪੇਸ਼ ਕਰਦੇ ਹਾਂ। ਚਲੋ ਜੀ, ਕਰੋ। ਪਹਿਲਾ ਗੀਤ ਆਪਣਾ, ਪਹਿਲਾ ਗੀਤ ਟਰੱਕ ਡਰਾਈਵਰ। ਟਰੱਕ ਡਰਾਈਵਰ, ਹਾਂਜੀ, ਇਹਨਾਂ ਨੇ ਮਿਹਰਬਾਨੀ ਕੀਤੀ ਵਿਚਾਰੇ ਨੇ, ਤਾਂ ਇਸ ਕਰਕੇ ਆਪਾਂ ਨੂੰ ਤੂੰ ਵੀ ਉਸਤਾਦ ਜੀ ਨੇ ਇਹ ਅੱਜ ਤੁਹਾਡੇ ਨਾਲ। ਬਿਲਕੁਲ। ਸੁਣਾਓ ਫਿਰ। ਠੀਕ ਹੈ ਜੀ। ਨੰਬਰ ਕਟਾ ਕੇ ਗੱਡੀ ਭਰ ਕੇ ਲਿਆਂਦੀ, ਨੰਬਰ ਕਟਾ ਕੇ ਗੱਡੀ ਭਰ ਕੇ ਲਿਆਂਦੀ, ਦਿੱਤੀ ਉੱਤੇ ਤਰਪਾਲ ਵੇ ਤੂੰ ਪਾ, ਚੰਨਾ ਮੈਂ ਤੇਰੀ ਸੁੱਖ ਮੰਗਦੀ, ਚੰਨਾ ਮੈਂ ਤੇਰੀ ਸੁੱਖ ਮੰਗਦੀ, ਜਿਹੜਾ ਦਿੱਲੀ ਦਾ ਤੂੰ ਲਾ ਕੇ ਖਾ ਰਿਹਾ, ਚੰਨਾ ਮੈਂ ਤੇਰੀ ਸੁੱਖ ਮੰਗਦੀ। ਅਸੀਂ ਰਹਿੰਦੇ ਗੋਰੀ ਹੈ ਨਿੰਨਤ ਪਰਦੇਸੀ, ਅਸੀਂ ਰਹਿੰਦੇ ਗੋਰੀ ਹੈ ਨਿੰਨਤ ਪਰਦੇਸੀ, ਤੇਰੇ ਸਾਹਾਂ ਵਿੱਚ ਲੈਂਦਾ ਨੀ ਮਸਾ, ਉਹ ਗੱਡੀ ਮੇਰੀ ਨਾਗ ਦੀ ਬੱਚੀ ਨੀ ਦਿੰਦੀ ਮਿੰਟਾਂ ਜਵਾਟ ਮਕਾ, ਉਹ ਗੱਡੀ ਮੇਰੀ ਨਾਗ ਦੀ ਬੱਚੀ। ਚੰਨਾ ਮੈਂ ਤੇਰੀ ਸੁੱਖ ਮੰਗਦੀ ਜਿਹੜਾ ਦਿੱਲੀ ਦਾ ਤੂੰ ਲਾ ਕੇ ਖਾ ਰਿਹਾ, ਚੰਨਾ ਮੈਂ ਤੇਰੀ ਸੁੱਖ ਮੰਗਦੀ।
खा के होटलां ते सौंदे चार मन्नियां यादा आउंदियां निवाटां बहुत लम्मियां खा के होटलां ते सौंदे चार मन्नियां यादा आउंदियां निवाटां बहुत लम्मियां जदों होई मैनूं खिच वजू मिंटां दे विच होई मैनूं खिच वजू मिंटां दे विच रज रज किली खुशियां मना ओ गड्डी मेरी नाग दी बच्ची नी दिंदी मिंटां च वाट मका ओ गड्डी मेरी नाग दी बच्ची बड़ी भेड़ी तेनू मानका है बानवे बड़ी भेड़ी तेनू मानका है बानवे मैं तो वेख वेख हुन्नी आ हैरानवे मैं तो वेख वेख हुन्नी आ हैरानवे अखां कट के डरावे वादा करके ना आवे तू ना मच्छी वांगू मैनू तड़फा चन्ना मैं तेरी सुख मंगदी गेड़ा दिल्ली दा तू ला के खा रहा चन्ना मैं तेरी सुख मंगदी जत्तो वाले ने ट्राला कदा पाया नी जिटी रोड उत्ते गदर मचाया नी जत्तो वाले ने ट्राला कदा पाया नी जिटी रोड उत्ते गदर मचाया नी एवें का तू जावे पंडी नी मैं आऊं जत्तो मंडी का तू जावे पंडी नी मैं आऊं जत्तो मंडी देना अद्धी राती कुंडा खड़का ये गड्डी मेरी नाग दी बच्ची नी दिंदी मिंटा जवा टमका हो गड्डी मेरी नाग दी बच्ची चन्ना मैं तेरी सुख मंगदी हो गड्डी मेरी नाग दी बच्ची चन्ना मैं तेरी सुख मंगदी ओ गड्डी मेरी आ आउंदी आ अच्छा ए गाना तुसी फिर पहला थोड़ा गाना लिखया होया है पहला गीत है ए फिर तुसी घरे जे तुसी कभी पैग लाया ते फिर लिखया है फिर लिखया है अरे पैग लाके गीत लिखया पहला क्यों नहीं पहला नहीं लिखया गया पट्टी साहब नु याद करके भी की आंदा सी ओ अच्छा ओवे लिखया फिर ओ गल जे ते ही लिखदा सी ठीक है हां जी हां जी ओना ने सानू भेज दित्ता सी एना को गण ड्राइवरी ते तुसी गाना लिखया है ना क्योंकि तुसी खुद ड्राइवर ओदो ड्राइवरी करदे सी थोड़ी रिकॉर्ड इस करके पै गई चढ़िया मैं पूरा उस तो बाद रिकॉर्ड पै गई के अजकल घर कोई भी बंदा फेल है अगला कहिंदा भी ऐ करदा फिरदा है खौनी माड़ा माड़ी गल तो मेरे घरदा ने साथ नहीं दिता तो मैं इस करके थोड़ा पिछे रह गया मैं ड्राइवरी करता तो मैं घोड़े तो हो गए ठीक है फिर ज्यादा मतलब ध्यान ड्राइवरी वाल हाँ उधर ध्यान कर लिया ठीक है फिर भी नाल नाल मतलब गाँव गाँव तो हो गए हाँ जी होटलों के बसेरे कोई कहता आ गया बिंदर खीओ कोई कह मानक साहब आ गए कोई कहता चमकीला आ गया ये मुंडा शिकरदा मेरा ये भी जाता रहा मेरे नाल करण जत्तो वाला हाँ मेरा शिकरदा ये भी ड्राइवरी करता कौन ले कौन ले जाते रहे मेरे नाल जदों भी ये मेरे नाल जाता तो वो समझ ला भी जिते सारी ठहर है उन्होंने कहना लो भी तू भी कट के मैं तू भी असं छी नहीं ठीक है जिते जाना उत्थे सुना हाँ जी हाँ जी तो रास्ते जिमें रातों मतलब है ना ड्राइवरी का काम अजि भी रात भी जाके कड़निया पाँ जी हाँ जी काम करना पैदा अजि है ना फिर भी मतलब आपका ये शौक ना ये शौक असं ही रखा यार मित्र ने आख्या भी छी ना कित तुका लग गई आप छा नहीं जी हाँ होर कोई प्रॉब्लम नहीं यही प्रॉब्लम है गीत बथेरे अपने को लिखे पे राइटर के गीत जैतो वाला हंसा हंसा जैतो वाला वो कलम सारी मेरे को पी है ठीक है वो तो करतार रौला जी मंगते थे उन्हें दी नहीं उदो मैं स्टेज पर चलता हूँ तो मंगे कहीं ने गीत साढ़े तो गीत मंगते जी दी नहीं क्यों देंदे क्यों नहीं देंदे अं इस करके नहीं जे कि असं आप गाना हो आपकी गायकी तो आपकी लेखक आपका हो दुगना ਪ੍ਰਭਾਵ ਪੈਂਦਾ ਹਾਂ ਮਤਲਬ ਹਾਂ ਜਿਹੜੇ ਤੁਸੀਂ ਲਿਖੇ ਆ ਉਹ ਤੁਹਾਨੂੰ ਆਇਆ ਵੀ ਗਾਉਂ ਵੀ ਤੁਸੀਂ ਹਾਂਜੀ ਹਾਂਜੀ ਆਪ ਕਿਸੇ ਨੂੰ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਕਿਉਂ ਨਹੀਂ ਸਾਡਾ ਸ਼ੌਂਕ ਅਜ ਵੀ ਨਹੀਂ ਹਾਂ ਅਸੀਂ ਕਹਿੰਦੇ ਆਪ ਹੀ ਲਿਖੀ ਠੀਕ ਹੈ ਹਾਂਜੀ ਅੱਛਾ ਹੋਰ ਜਿਵੇਂ ਮੰਨ ਲਓ ਅੱਜ ਕੱਲ੍ਹ ਦੇ ਗੀਤ ਆਉਂਦੇ ਆ ਹਨਾ ਹਾਂਜੀ ਹਾਂਜੀ ਅੱਜ ਕੱਲ੍ਹ ਦੇ ਗੀਤਾਂ ਨਾਲੋਂ ਪਹਿਲਾਂ ਵਾਲੇ ਵਿੱਚ ਕੀ ਫਰਕ ਹੈ ਇਹ ਫਰਕ ਇਹ ਹੈ ਜੀ ਹਾਂ ਵੀ ਜਿਹੜੇ ਹੋਣ ਵਾਲੇ ਆਪਣੇ ਮੁੰਡੇ ਆ ਹਾਂ ਉਹ ਹੋਣ ਵਾਲੇ ਗੀਤਾਂ ਨੂੰ ਪਸੰਦ ਕਰਦੇ ਆ ਹਾਂ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਇਹ ਕੀ ਗਾ ਰਹੇ ਆ ਕੀ ਰਾਗ ਗਾ ਰਹੇ ਆ ਰਾਗਦਾਰੀ ਦਾ ਨਹੀਂ ਪਤਾ ਉਹਨਾਂ ਨੂੰ ਉਹ ਉਹਨਾਂ ਦੇ ਮਗਰ ਹੀ ਲੱਗੇ ਜਿਵੇਂ ਹੁਣ ਆਪਾਂ ਪੰਜਾਬੀ ਗਾਇਕੀ ਹੈ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਹਥਿਆਰਾਂ ਦਾ ਕੰਮ ਬਿਲਕੁਲ ਬੰਦ ਹੋਣਾ ਚਾਹੀਦਾ ਹਥਿਆਰਾਂ ਨੂੰ ਵੇਖ ਕੇ ਲੋਕ ਮਤਲਬ ਕਿ ਉੱਠ ਪੈਂਦੇ ਆ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਜਿਹੜਾ ਪੰਜਾਬੀ ਸੱਭਿਆਚਾਰ ਹੈ ਜਾਂ ਆਪਣੇ ਗੀਤ ਗਾਉਂਦੇ ਆ ਇਹ ਸੱਭਿਆਚਾਰੀ ਹੋਣੇ ਚਾਹੀਦੇ ਸੱਭਿਆਚਾਰ ਹੋਣੇ ਚਾਹੀਦੇ ਜਿਹੜੀ ਸਰਕਾਰ ਨੇ ਬੱਸ ਚਲਾਈ ਆ ਘੋੜੇ ਵਾਲੀ ਫਰੀ ਬੱਸ ਬੁੜੀਆਂ ਵਾਸਤੇ ਹਾਂ
तो उन्होंने बारे आप गल फिर कर लें। सुनाओ की लिखा? दस दिन थोड़ा भी की लिखा सुना दो जी। हाँ जी, एक जनानी आज छक करती सी आपके घर वाले से, ठीक है, भी यह शराब पींदा, वो शराब तो नफरत करती सी, भी मतलब कि शराब बड़ी नफरत करती सी, भी ये बंदा ना पी लिया, वो हटता नहीं सी, कदे बरांडे च खड़ के मूँह पौआ ला लिया, कदे बाथरूम च बड़ गया, कदे रसोई च बड़ के मूँह पौआ जो लाया हुआ सी आए। अच्छा, वो थले खड़ी सी, उन्हें देख लिया, ठीक है, उन्हें देख लिया, लड़ाई पै गई, जो लड़ाई पै गई उन्हें चक्या आधार कार्ड तो चल अड्डे से, आधार कार्ड चक लिया, चक लिया आधार कार्ड, ठीक है, चल अड्डे से, उन्हें आख्या भी हूँ तो पंगा पै गया। सरकार ने बहुत वधिया बस चलाई है, लोगों का करे तो फायदा, तो पर इस गलों माड़ी है, माड़ी जी गलबात होंगी, लड़ाई अजक हरेक की होंगी है, चक दी आधार कार्ड से अड्डे से, उदो फिर घोड़े वाली बस में डिकदियाँ अड्डे से खड़िया, लो जी पेश कर लगे। पहले दिन चार पांच गाला कट गई, दूजे दिन रोटियां बचाले छड़ गई, पहले दिन रोटियां बचाले छड़ गई, पहले दिन चार पांच गाला कट गई, दूजे दिन रोटियां बचाले छड़ गई, आधार कार्ड लेके घरों हो गई है फरार, आधार कार्ड लेके घरों हो गई है फरार, जाके केरा तक गवंडियां दे करे खड़ गई, शाम तक असी उन्हों डीकते रहे, उतो डुब जानी घोड़े वाली बस चढ़ गई, शाम तक असी उन्हों डीकते रहे, उतो डुब जानी घोड़े वाली बस चढ़ गई। हो थप लांगे रोटियां तेरे नलांगे दाल नी, शौक नाल छक लांगे मुर्गे दे नाल नी, थप लांगे रोटियां तेरे नलांगे दाल नी, शौक नाल छक लांगे मुर्गे दे नाल नी, जिद्दन दी व्याही इहदी मुक्की ना लड़ाई, जिद्दन दी व्याही इहदी मुक्की ना लड़ाई, अगों वीही वाले गेट दा वी कुंडा जड़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई। हो अकड़ां दी पंड सानूं मंदा चंगा बोल गई, हो दारू दा ड्रम पाया वेड़े विच ढोल गई, अकड़ां दी पंड सानूं मंदा चंगा बोल गई, दारू दा ड्रम पाया वेड़े विच ढोल गई, सानूं तां इक एड्डा वड्डा बन गया पहाड़, सानूं तां इक एड्डा वड्डा बन गया पहाड़, उहने सोचिया ना अमली दे कोके जड़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई। अगे किते घरों ने कढ़िया ना पैर सी, समझ नहीं आउंदी किहड़ा साडे नाल वैर सी, अगे किते घरों ने कढ़िया ना पैर सी, समझ नहीं आउंदी किहड़ा साडे नाल वैर सी, हो पेकियां दे पिंड जाके ला के बहि गई डेरा, पेकियां दे पिंड जाके ला के बहि गई डेरा, साडे बन के दमूही ओह आप लड़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई। हो अज कल मानक मुसीबतां दा मारिया, हो कल्ले रह के किवें उदां वक्त गुजारिया, अज कल मानक मुसीबतां दा मारिया, कल्ले रह के उहने किद्दां वक्त गुजारिया, हो पिंड कोठे केर सिंह वाले उहदा पिंड, पिंड कोठे केर सिंह वाले उहदा पिंड, उह तां व्याह लिया ते रोटी वांगू आप रड़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई, शाम तक असीं उहनूं डीकदे रहे, उह तां डुब जाणी घोड़े वाली बस चढ़ गई, डुब जाणी घोड़े वाली बस चढ़ गई, डुब जाणी घोड़े वाली आ चलिया। अच्छा, शाम तक डीकदे रहे हैं? हाँ जी, बस वो चढ़ गई घोड़े वाली, खड़ी जी, ते मुड़ के कदों आई? मुड़ के वादा उन्हें उत्थे पंगा ही पै गया, ओ जांदा नहीं डरदा, हाँ, भी फिर लड़ाई पऊगी, हाँ, ते उस तो बाद समझ लै भी वह गया ना, उन्हें आख्या भी वह दूजे पासे आउट हो गया, वो कहिंदा भी इह तां चली गई, हाँ, ठीक है, वह कहिंदा भी हुण असीं आपदी मर्जी कर लां, तू जाने तां जा,
ਜਾ ਹੈ ਉਹਨੇ ਡਾਂਗ ਤੇ ਡੇਰਾ ਕਰ ਲਿਆ ਦਾਰੂ ਪੀਣ ਲੱਗ ਗਿਆ ਆਹ ਗੱਲ ਹੈ ਫਿਰ ਆਈ ਕਿ ਨਹੀਂ ਮੁੜ ਕੇ ਮੁੜ ਕੇ ਤਾਂ ਫਿਰ ਆ ਤਾਂ ਗਈ ਹੋਣੀ ਆ ਆਊਗੀ ਤਾਂ ਸਹੀ ਜਾਣਾ ਤਾਂ ਉਹਦੇ ਘਰੇ ਹੀ ਆ ਤੇ ਗੱਲ ਇਹ ਵੀ ਆਪਾਂ ਤਾਂ ਗੀਤ ਲਿਖਣਾ ਸੀ ਆਧਾਰ ਕਾਰਡ ਤੇ ਠੀਕ ਹੈ ਉਹ ਲਿਖਤਾ ਆਧਾਰ ਕਾਰਡ ਵਾਲਾ ਜਿਵੇਂ ਮੁਫਤ ਸਫ਼ਰ ਹੈ ਸਹੀ ਹੈ ਕਿ ਗਲਤ ਹੈ ਇਹ ਹੈ ਤਾਂ ਸਹੀ ਜੀ ਗੌਰਮੈਂਟ ਨੇ ਬਹੁਤ ਵਧੀਆ ਚਲਾਇਆ ਇਹ ਉਵੇਂ ਚਲਾਇਆ ਵੀ ਮਤਲਬ ਕਿ ਜਿਹਨੂੰ ਕੋਈ ਲੋੜ ਮੁਤਾਬਕ ਜਾਣਾ ਹੋਵੇ ਅੱਜ ਕੱਲ੍ਹ ਮਾੜੀ ਮੋਟੀ ਲੜਿਆ ਚੱਕ ਕੇ ਹਰੇਕ ਹੀ ਆਧਾਰ ਕਾਰਡ ਤੇ ਪੁੱਛਦੀ ਨਹੀਂ ਦੱਸਦੀ ਜੀ ਅੱਡੇ ਤੇ ਅੱਡੇ ਤੇ ਅੱਡੇ ਤੇ ਘੋੜੇ ਵਾਲੀ ਬੱਸ ਹੈ ਘੋੜੇ ਵਾਲੀ ਬੱਸ ਚੜ ਗਈ ਆਪਣਾ ਟਾਈਟਲ ਹੀ ਇਹ ਹਾਂ ਪੀਆਰਟੀ ਦਾ ਲੋਗੋ ਜਿਹਾ ਨਾ ਘੋੜਾ ਬਣਾਉਂਦਾ ਹਾਂ ਹਾਂ ਉਹਤੋਂ ਪਰ ਗਾਣਾ ਬਣਾਉਂਦਾ ਉਹਤੋਂ ਗਾਣਾ ਮਤਲਬ ਠੀਕ ਹੈ ਡੁੱਬ ਜਾਣੀ ਘੋੜੇ ਵਾਲੀ ਬੱਸ ਚੜ ਗਈ ਤੇ ਕਿਸੇ ਬੱਸ ਡਰਾਈਵਰ ਹੈ ਕੋਈ ਤੁਹਾਡਾ ਦੋਸਤ ਹੈਗਾ ਜੀ ਉਹਨੂੰ ਸੁਣਾਇਆ ਫਿਰ ਗੀਤ ਇਹ ਬਹੁਤ ਠੀਕ ਹੈ ਕਹਿਣਾ ਉਹਨਾਂ ਦਾ ਫਿਰ ਪਸੰਦ ਆਇਆ ਠੀਕ ਹੈ ਇੱਕ ਗੱਲ ਹੋਰ ਹੈ ਹਾਂ ਵੀ ਜਿਹੜੀ ਹੁਣ ਪ੍ਰਾਈਵੇਟ ਬੱਸ ਆ ਉਹਨਾਂ ਵਿੱਚ ਤਾਂ ਲੋਕ ਚੜਦੇ ਹੀ ਨਹੀਂ ਅਸੀਂ ਇੱਧਰ ਬਰਨਾਲੇ ਸੰਗਰੂਰ ਤੱਕ ਜਾਂਦੇ ਹਾਂ ਉਹਦੇ ਵਿੱਚ ਕੋਈ ਨਹੀਂ ਚੜਦਾ ਆਧਾਰ ਕਾਰਡ ਵਾਲੇ ਨੂੰ ਡਿੱਕੀ ਜਾਂਦੀਆਂ ਅਸੀਂ ਵਿੱਚ ਬੈਠੇ ਹੁੰਦੇ ਹਾਂ ਉਹ ਜਿਵੇਂ ਅਸੀਂ ਗੀਤ ਲਿਖਿਆ ਉਵੇਂ ਹੁੰਦੀ ਕਿਵੇਂ ਵੀ ਜਿਵੇਂ ਆਧਾਰ ਕਾਰਡ ਵਾਲੇ ਨੂੰ ਡਿੱਕਦੇ ਹਾਂ ਤੇ ਪ੍ਰਾਈਵੇਟ ਵਾਲੇ ਖੜੇ ਰਹਿੰਦੇ ਆ ਵਿਚਾਰੇ ਉਹ ਕਹਿੰਦੇ ਵੀ ਸਾਡੇ ਨਾਲ ਕੋਈ ਚੜਦਾ ਹੀ ਨਹੀਂ ਹੁਣ ਮੁਫਤਲ ਤੇ ਜਾਂਦੇ ਮੁਫਤ ਤੇ ਜਾਂਦੀਆਂ ਹਾਂ ਇਹ ਕਰਦੀਆਂ ਇਹ ਕੰਮ ਕਰਦੇ ਠੀਕ ਹੈ ਅੱਛਾ ਹੋਰ ਡਰਾਈਵਰੀ ਦਾ ਕਿੱਸਾ ਸੁਣਾਓ ਕੋਈ ਅਜਿਹਾ ਕੁਛ ਵਾਪਰਿਆ ਹੋਵੇ ਤੁਹਾਡੇ ਨਾਲ ਕਦੇ ਜਿਵੇਂ ਡਰਾਈਵਰੀ ਕਰਨ ਦੂਰ ਦੂਰ ਜਾਂਦੇ ਹੋ ਨਾ ਹਾਂਜੀ ਹਾਂਜੀ ਡਰਾਈਵਰੀ ਆਵਾਂ ਜੀ ਡਰਾਈਵਰੀ ਕਰਨ ਲਈ ਬਹੁਤ ਔਖੀ ਹੈ ਔਖੀ ਹੈ ਬਹੁਤ ਔਖੀ ਹੈ ਐਡੀਆਂ ਐਡੀਆਂ ਲੰਬੀਆਂ ਗੱਡੀਆਂ ਚਲਾਉਣੀਆਂ ਹਾਂ ਬਹੁਤ ਔਖੀ ਅੱਜ ਕੱਲ੍ਹ ਕੋਈ ਡਰਾਈਵਰ ਨੂੰ ਬਾਹਰ 'ਚ ਨਹੀਂ ਖੜਨ ਦਿੰਦਾ ਇੱਥੇ ਗੱਡੀ ਆਪਾਂ ਹੁਣ ਲੱਗਦੇ ਹਾਂ ਹਾਂ ਇੱਥੇ ਉਹਨੂੰ ਗਾਂਹ ਕਰ ਹਾਂ ਇਹਨੂੰ ਗਾਂਹ ਕਰ ਗਾਂਹ ਕਰਨ ਵਾਲੇ ਸਾਰੇ ਪਿੱਛੇ ਕੋਈ ਕਹਿੰਦੇ ਨਹੀਂ ਹਾਂਜੀ ਹਾਂ ਦੂਰ ਦੂਰ ਤੁਸੀਂ ਜਾਂਦੇ ਹੋ ਲੋਕ ਮਿਲਦੇ ਹੋਣਗੇ ਜਿਵੇਂ ਆਪਣੇ ਪੰਜਾਬ ਦੇ ਨਾਲੋਂ ਵੀ ਮਤਲਬ ਹੈ ਉਹ ਕਿਤੇ ਵਧੀਆ ਹੋਰ ਇਲਾਕਾ ਕੋਈ ਇਲਾਕਾ ਜੇ ਆਪਣੇ ਨਾਲੋਂ ਤਾਂ ਗੁਜਰਾਤ ਵੀ ਇਲਾਕਾ ਬਹੁਤ ਵਧੀਆ ਕਿਵੇਂ ਵੀ ਮਤਲਬ ਕਿ ਕੋਈ ਐਂ ਨਹੀਂ ਵੀ ਆਪਾਂ ਨੂੰ ਕੋਈ ਡੱਕਾ ਲੱਗੂ ਸਭ ਬਾਈਪਾਸ ਆ ਠੀਕ ਹੈ ਗੱਡੀਆਂ ਸਭ ਉੱਧਰ ਹੱਡੀਆਂ ਗੱਡੀਆਂ ਘੋੜੇ ਚੱਲਦੇ ਆ ਰੋਡ ਵਧੀਆ ਹੈ ਰੋਡ ਬਹੁਤ ਸ਼ਾਨਦਾਰ ਠੀਕ ਹੈ ਹਾਂਜੀ ਉਹ ਰੋਡ ਦੇ ਵੀ ਆਪਾਂ ਗੀਤ ਲਿਖੇ ਹੋਏ ਆ ਬਹੁਤ ਵਧੀਆ ਅਤੇ ਆਹ ਜਿਹੜਾ ਆਪਾਂ ਗੀਤ ਇੱਕ ਹੋਰ ਹੰਸਾ ਜੇਤੋ ਵਾਲਾ ਹਾਂ ਜਿਹੜਾ ਮੇਰਾ ਲਿਖਾਰੀ ਹੈ ਹਾਂ ਇਹ ਵਿਚਾਰਾ ਮੇਰੇ ਪਿੱਛੇ ਜਿਵੇਂ ਮੈਂ ਰਹਿ ਗਿਆ ਹਾਂ ਐਂ ਰਹਿ ਗਿਆ ਅੱਛਾ ਉਹ ਮੈਨੂੰ ਕਹਿੰਦਾ ਬਾਈ ਕੋਈ ਗੀਤ ਰਿਕਾਰਡ ਕਰਾ ਉਹ ਮੈਂ ਜਦੋਂ ਗੀਤ ਰਿਕਾਰਡ ਕਰਾਉਣ ਦਾ ਬੜਾ ਸਮਾਂ ਲੈਂਦਾ ਹੈ ਮੈਨੂੰ ਉਹਦੀ ਕੋਈ ਨਾ ਕੋਈ ਪਿੱਛੇ ਪੱਗਾਂ ਪੈ ਅੱਛਾ ਬਸ ਇਸੇ ਕਰਕੇ ਮੈਂ ਉੱਠ ਨਹੀਂ ਸਕਿਆ ਆਹ ਚੱਕਰ ਹੈ ਅਤੇ ਦੋ ਲੈਣਾ ਆਪਾਂ ਹੋਰ ਸੁਣਾ ਦਿੰਦੇ ਹਾਂ ਨਵਾਂ ਮੁੰਡਾ ਸੁਣਾਓ ਸੁਣਾ ਆਪਣਾ ਹੰਸਾ ਜੇਤੋ ਵਾਲਾ ਜਿਹਨੇ ਵਿਚਾਰੇ ਨੇ ਮੇਰੀਆਂ ਸਟੇਸ਼ਨ 'ਤੇ ਵੀ ਕੰਮ ਕੀਤਾ ਅਤੇ ਮੇਰੇ ਨਾਲ ਵੀ ਜਾਂਦਾ ਰਿਹਾ ਨਾ ਉਹਦੇ ਉਹਦਾ ਗੀਤ ਪਿਛੜ ਲੱਗਿਆ ਮੇਲੇ ਵਿੱਚ ਜਾ ਕੇ ਦਿੱਤਾ ਗਜਰਾ ਲਿਆ ਕੇ ਮੇਲੇ ਵਿੱਚ ਜਾ ਕੇ ਦਿੱਤਾ ਗਜਰਾ ਲਿਆ ਕੇ ਆਵੇ ਸਮਝ ਨਾ ਮੈਥੋਂ ਕਾਹਦੀ ਮੰਗ ਕਰਦਾ ਹੋ ਦਿੱਤਾ ਪਿਆਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ ਤੰਗ ਕਰਦਾ ਪਿਆਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ ਤੰਗ ਕਰਦਾ ਹੈ ਤੇਰਾ ਬੜਾ ਏ ਸ਼ਰਾਰਤੀ ਦੇ ਗਜਰਾ ਰੱਖਦਾ ਨਾ ਮੇਲ ਜੋੜਵੇ ਜਦੋਂ ਵੀਣੀ ਵਿੱਚ ਪਾਉਣੀ ਹਾਂ ਮਵਾਂਗਾ ਦਿੰਦਾ ਏ ਤੜਕ ਤੋੜਵੇ ਹੋ ਜਦੋਂ ਵੀਣੀ ਵਿੱਚ ਪਾਉਣੀ ਹਾਂ ਮਵਾਂਗਾ ਦਿੰਦਾ ਏ ਤੜਕ ਤੋੜਵੇ ਹੋ ਬੜਾ ਖੈਂਦਾ ਹੈ ਨਮਾਣਾ ਡੁੱਬ ਜਾਣਾ ਹੋ ਬੜਾ ਖੜਾ ਹੈ ਨਮਾਣਾ ਡੁੱਬ ਜਾਣਾ ਇਹ ਪੂਰਾ ਵੀ ਨਸੰਗ ਕਰਦਾ ਹੋ ਦਿੱਤਾ ਪਿਆਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ ਤੰਗ ਕਰਦਾ ਪਿਆਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ ਤੰਗ ਕਰਦਾ ਪਿਆਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ ਤੰਗ ਕਰਦਾ ਠੀਕ ਹੈ ਅੱਛਾ ਇੱਕ ਚੀਜ਼ ਹੋਰ ਡਰਾਈਵਰੀ ਬਾਰੇ ਹੈ ਨਾ ਹਾਂਜੀ ਡਰਾਈਵਰ ਹੋ ਤੁਸੀਂ ਹਾਂਜੀ ਗੱਡੀ ਦੇ ਨਾਲ ਬੜਾ ਪਿਆਰ ਹੁੰਦਾ ਆਪਦੀ ਨਾਲ ਬਹੁਤ ਬਹੁਤ ਹੈ ਬਹੁਤ ਜ਼ਿਆਦਾ ਉਹਦਾ ਉਹੀ ਹੁੰਦਾ ਜੀ ਬਸ ਹੋਰ ਤਾਂ ਉਹਦਾ ਕੋਈ ਕੁਛ ਹੁੰਦਾ ਹੀ ਨਹੀਂ ਉੱਥੇ ਹਾਂ ਸਾਨੂੰ ਗੱਡੀ ਜਿਵੇਂ ਮਤਲਬ ਕਿ ਦੇਸਾਂ ਪ੍ਰਦੇਸਾਂ 'ਚ ਲੈ ਜਾਂਦੀ ਆ ਹਾਂ ਅਸੀਂ 20-25 ਦੇ ਮਹੀਨਾ ਮਹੀਨਾ 6-6 ਮਹੀਨੇ ਨਹੀਂ ਮੁੜਦੇ ਬਿਲਕੁਲ ਨਹੀਂ ਮੁੜਦੇ ਉੱਥੇ ਸਾਡਾ ਪਿਆਰ ਗੱਡੀ ਨਾਲ ਹੀ ਹੁੰਦਾ ਬਸ ਹਾਂ ਇੱਕ ਆਪਾਂ ਗੱਡੀ 'ਤੇ ਵੀ ਦੋ ਲੈਣਾ ਸੁਣਾਉਂਦੇ ਹਾਂ ਗੱਡੀ 'ਤੇ ਸੁਣਾਓ ਹਾਂਜੀ ਉਹ ਆਪਾਂ ਇੱਕ ਨਵਾਂ ਗੀਤ ਲਿਖਿਆ ਹਾਂ ਹੋਰ ਗੱਡੀ ਕਹਿੰਦੀ ਆ ਡਰਾਈਵਰ ਨੂੰ ਹਾਂ ਉਹ ਕਹਿੰਦੀ ਉਹ ਪਿਆਰ ਨਾਲ ਰੱਖੀ ਮੈਨੂੰ ਸਾਂਭ ਕੇ ਡਰਾਈਵਰਾ
प्यार नाल रखी मैनू सांभ के ड्राइवरा लग जांदा बड़ी दूर मालकां दा कैमरा प्यार नाल रखी मैनू सांभ के ड्राइवरा लग जांदा बड़ी दूर मालकां दा कैमरा जिटी रोड़ी उत्ते मैनू सैड ते चलाई जिटी रोड़ी उत्ते मैनू सैड ते चलाई होवे सोने दियां कन्नां च पवा दूं मुंदरां नोटां दियां सोहणियां मनेरियां लिया दूं टाटा दी खरीद मैं वीरानी सुंदरां नोटां दियां सोहणियां मनेरियां लिया दूं टाटा दी खरीद मैं वीरानी सुंदरां चक दूं गरीबी तेरा कढ दूंगी खोड़ वे उच्चियां जोड़ां दे विच जोड़ दूंगी जोड़ वे चक दूं गरीबी तेरा कढ दूंगी खोड़ वे उच्चियां जोड़ां दे विच जोड़ दूंगी जोड़ वे ओ सज्जना तूं मैनूं कूणी मोड़ तों बचाई सज्जना तूं मैनूं कूणी मोड़ तों बचाई हैवे वासपति झोने वांगू कड्डू मुंजरां नोटां दियां सोहणियां मनेरियां लिया दूं टाटा दी खरीद मैं वीरानी सुंदरां नोटां दियां सोहणियां मनेरियां लिया दूं टाटा दी खरीद मैं वीरानी सुंदरां ਮਤਲਬ ਗੱਡੀ ਕਹਿੰਦੀ ਹੈ ਡਰਾਈਵਰ ਨੂੰ ਇਹ ਗੱਲ ਕਹਿੰਦੀ ਹੈ ਕਹਿੰਦੀ ਪਿਆਰ ਨਾਲ ਰੱਖੀ ਮੈਨੂੰ ਸਾਂਭ ਕੇ ਡਰਾਈਵਰ ਸਾਂਭ ਕੇ ਰੱਖੀ ਸਾਂਭ ਕੇ ਰੱਖੀ ਉਹ ਵੀ ਡਰਾਈਵਰ ਨੂੰ ਪਿਆਰ ਕਰਦੀ ਆ ਹਾਂ ਜੇ ਆਪਾਂ ਉਹਨੂੰ ਪਿਆਰ ਕਰਦੇ ਆ ਉਹ ਵੀ ਪਿਆਰ ਕਰਦੀ ਆ ਤਾਂ ਜੇ ਆਪਾਂ ਗੱਡੀ ਨੂੰ ਪਿਆਰ ਕਰਾਂਗੇ ਗੱਡੀ ਆਪਣਾ ਸਾਥ ਦੇਊਗੀ ਪੂਰਾ ਹਾਂ ਟਾਟਾ ਕੰਪਨੀ ਨੇ ਬਹੁਤ ਮੈਂ ਟਾਟਾ ਕੰਪਨੀ ਗੀਤ ਲਿਖੇ ਹੋਰ ਬਥੇਰੇ ਠੀਕ ਹੈ ਟਾਟਾ ਕੰਪਨੀ ਵਧੀਆ ਲੱਗਦੀ ਹੈ ਤੁਹਾਨੂੰ ਗੀਤ ਪਸੰਦ ਆ ਜੀ ਬਹੁਤ ਘੈਂਟ ਹੈ ਅੱਛਾ ਪੂਰਾ ਚਲੋ ਤੁਹਾਡੀ ਮਿਹਰਬਾਨੀ ਪੂਰਾ ਘੈਂਟ ਹੈ ਮਿਹਰਬਾਨੀ ਮਤਲਬ ਗੱਡੀ ਨੂੰ ਤਾਂ ਹੀ ਹੈ ਵੀ ਪੂਰਾ ਸਵਾਰ ਕੇ ਰੱਖਦੇ ਸਜਾ ਕੇ ਹੈ ਨਾ ਪੂਰਾ ਡਰਾਈਵਰ ਅਸੀਂ ਡਰਾਈਵਰੀ ਮੈਂ ਮਤਲਬ ਕਿ 5-7 ਸਾਲ ਕਾਂਡਲਾ ਰੋਡ ਤੇ ਕਰੀ ਹੋਈ ਆ ਨਵੀਂ ਗੱਡੀ ਸੀ 11 ਮਾਡਲ ਚਿੱਟੇ ਰੰਗ ਦਾ ਘੋੜਾ ਤੇ ਮਤਲਬ ਕਿ ਅਸੀਂ ਸ਼ਰਾਬ ਸ਼ਰੂਬ ਪੀ ਕੇ ਗੱਡੀ 'ਚ ਨਹੀਂ ਵੜਦੇ ਸੀ ਅਸੀਂ ਧੂਫ ਬੱਤੀ ਲਾਉਣੀ ਅੱਠ ਨੂੰ ਗੁਣ ਕੱਪੜਾ ਮਾਰ ਕੇ ਵਿੱਚੋਂ ਬਾਹਰੋਂ ਮਿੱਟੀ ਐਂ ਘੋੜਾ ਚਿੱਟੇ ਦੁੱਧਰ ਕੇ ਲੀੜੇ ਦੁੱਧਰ ਕੇ ਘੋੜਾ ਠੀਕ ਹੈ ਐਂ ਰੱਖਦੇ ਸ਼ਿੰਗਾਰ ਕੇ ਜੇ ਅਸੀਂ ਸ਼ਰਾਬ ਪੀਣੀ ਅਸੀਂ ਕਹਿੰਦੇ ਤੜਕੇ ਸਾਨੂੰ 8 ਵਜੇ ਨਹਾ ਕੇ ਮਿਲੀ ਚੱਕ ਆਪਦਾ ਤੌਲੀਏ ਤੇ ਬਾਹਰ ਹੋ ਜਾਂਦੇ ਅੱਛਾ ਹਾਂਜੀ ਗੱਡੀ ਨਹੀਂ ਵੜਦੀ ਗੱਡੀ ਨਹੀਂ ਵੜਦੀ ਸੀ ਠੀਕ ਹੈ ਨਾ ਪੂਜਦੇ ਸੀ ਮਤਲਬ ਪੂਰਾ ਹੈ ਨਾ ਪੂਰਾ ਪੂਰਾ ਬਹੁਤ ਵਧੀਆ ਪੂਜਣਾ ਵੀ ਚਾਹੀਦਾ ਨਾ ਕੰਮ ਹੀ ਹੈ ਜਦੋਂ ਆਪਣਾ ਮੈਂ ਕਹਿੰਦਾ ਜਦੋਂ ਆਪਣੇ ਕੋਲੇ ਗੱਡੀ ਹੋਈ ਹਾਂ ਕੋਈ ਮੂਰੇ ਹੋਈ ਜਾਵੇ ਆਪਣੇ ਕੋਲੋਂ ਪੈਸੇ ਨਾ ਮੁੱਕਣਗੇ ਅੱਛਾ ਨਹੀਂ ਮੁੱਕਦੇ ਠੀਕ ਹੈ ਜਿਹੜਾ ਮਰਜ਼ੀ ਮੂਰੇ ਹੋ ਜਾਏ ਕਹਿੰਦੇ ਲੈ ਚੱਕ ਵੀ ਕੋਈ ਨਹੀਂ ਮੁੱਕਦਾ ਪੈਸੇ ਨਾ ਮੁਸ਼ਕਲਾਂ ਕਿਹੜੀਆਂ ਆਉਂਦੀਆਂ ਡਰਾਈਵਰ ਨੂੰ ਮਤਲਬ ਇੰਨੀ ਦੂਰ ਡਰਾਈਵਰ ਨੂੰ ਮੁਸ਼ਕਲਾਂ ਇਹੀ ਹੈ ਜੀ ਇੱਕ ਤਾਂ ਘਰੋਂ ਬੱਚਿਆਂ ਕੋਲੋਂ ਹਾਂ ਦੂਰ ਜਾਣਾ ਜੀ ਹਰ ਇੱਕ ਬੰਦਾ ਕਿ ਰਹਿ ਨਹੀਂ ਸਕਦਾ ਜਿਵੇਂ ਡਰਾਈਵਰ ਕੱਟਦੇ ਵਿਚਾਰੇ ਬਾਹਰ ਵਾਕਿਆ ਵੀ ਬਥੇਰੇ ਹੋ ਜਾਂਦੇ ਆ ਡਰਾਈਵਰ ਇਕੱਲਾ ਹੀ ਹੁੰਦਾ ਅਤੇ ਇਸ ਹਿਸਾਬ ਨਾਲ ਗੱਡੀਆਂ ਚਲਾਉਣੀਆਂ ਪੈਂਦੀਆਂ ਮਤਲਬ ਕਿ ਬਚ ਬਚਾ ਕੇ ਬਚ ਬਚਾ ਕੇ ਜਾਣਾ ਪੈਂਦਾ ਗੱਡੀ ਆਪਣੇ ਕੋਲ ਚੌਲ ਲੱਗਦੇ ਆ ਕਿੰਨੇ ਲੱਖਾਂ ਦਾ ਮਾਲ ਹੈ ਉਹਨੂੰ 5 ਵਜੇ ਤੋਂ ਬਾਅਦ ਪੰਜਾਬੀ ਢਾਬੇ 'ਤੇ ਲਾ ਦਿਓ ਉਹਨੂੰ ਛੇੜੋ ਨਾ ਕਿਤੇ ਖੜੀ ਹੈ ਉਦੋਂ ਬਾਅਦ 5 ਵਜੇ ਤੜਕੇ ਮਾਰੂ ਸਾਹਿਬ 'ਤੇ ਚਲੋ ਰਾਤ ਨੂੰ ਵਾਕੇ ਹੋ ਜਾਂਦੇ ਆ ਕਈ ਰਾਤ ਨੂੰ ਹੋ ਜਾਂਦੇ ਵਾਕੇ ਹੋ ਜਾਂਦੇ ਬਹੁਤ ਦੂਰ ਤੋਂ ਜਤੁਰਗਾ ਜਾਂਦੇ ਕਹਿੰਦੇ ਚੌਲ ਲਾ ਲੈਂਦੇ ਆ ਕਈ ਵਾਰੀ ਤਾਂ ਅਸੀਂ ਕਰੈਕਟ ਉੱਤੇ ਬਹਿ ਕੇ ਜਾਂਦਾ ਅੱਛਾ ਡਾਂਗ ਫੜਾ ਦਿੰਦੇ ਉਹਨੂੰ ਵੀ ਉੱਤੇ ਬੈਠਾ ਜੋ ਗੱਲਬਾਤ ਸਾਨੂੰ ਫੋਨ ਕਰ ਦਿੰਦੇ ਠੀਕ ਹੈ 6-7 ਘੋੜੇ 5-4 ਇਕੱਠੇ ਹੋ ਕੇ ਜਾਂਦੇ ਆ ਇਹ ਕਰਕੇ ਇਹ ਚੋਰੀ ਚਾਰੀ ਵੱਧ ਹੁਣ ਆਪਣੇ ਚੱਲੀ ਜਾਂਦੀ ਹੈ ਆਪਣੇ ਵਾਧੂ ਹੈ ਪੂਰੀ ਹੈ ਇੱਧਰ ਹੁੰਦੀ ਨਹੀਂ ਸੀ ਕੋਈ ਗੱਡੀ ਨੇੜੇ ਨਹੀਂ ਚੱਲਦਾ ਕੋਈ ਕੁਛ ਹੁਣ ਤਾਂ ਕੰਨ 'ਤੇ ਮਾਰਦੇ ਮੋਬਾਈਲ ਲੈ ਜਾਂਦੇ ਖੋ ਕੇ ਇੱਕ ਮਿੰਟ 'ਚ ਬੁੜੀ ਗੱਲ ਕਰਦੀ ਜਾਂਦੀ ਆ ਔਰ ਮਾਰਿਆ ਕੰਨ 'ਤੇ ਮਾੜਾ ਤੇ ਮੋਬਾਈਲ ਫੜਾ ਕੇ ਤੇ ਗਾਹ ਹੁੰਦੇ ਆਏ ਆ ਅੱਛਾ ਹੁਣ ਆਪਾਂ ਨਾਲ ਹੀ ਗੱਲ ਕਰਦੇ ਹਾਂ ਅੱਜ ਕੱਲ੍ਹ ਦੇ ਨੌਜਵਾਨ ਹਾਂਜੀ ਹੈ ਨਾ ਵੀ ਪਹਿਲਾਂ ਵਾਲੇ ਨੌਜਵਾਨਾਂ ਅਤੇ ਅੱਜ ਕੱਲ੍ਹ ਦੇ ਵਿੱਚ ਕੀ ਫਰਕ ਹੈ ਇਹਨਾਂ ਦਾ ਫਰਕ ਇਹੀ ਹੈ ਜੀ ਹਾਂ ਵੀ ਪਹਿਲਾਂ ਵਾਲੇ ਜਿਹੜੇ ਨੌਜਵਾਨ ਸੀ ਇੱਕ ਤਾਂ ਵਿਚਾਰੇ ਉਹ ਅਨਪੜ੍ਹ ਸੀ ਹਾਂ ਅਨਪੜ੍ਹ ਸੀਗੇ ਜਿਵੇਂ ਉਹਨਾਂ ਨੂੰ ਕਿਸੇ ਨੇ ਕਹਿਤਾ ਉਵੇਂ ਗੱਲ ਮੰਨ ਲੈਂਦੇ ਸੀ ਅਤੇ ਜਿਹੜੇ ਹੁਣ ਵਾਲੇ ਮੁੰਡੇ ਆ ਹੁਣ ਵਾਲੇ ਬੱਚੇ ਦਾ ਮੇਰੇ ਖਿਆਲ ਵੀ ਗੱਲ ਕੋਈ ਮਾਂ ਪਿਓ ਦੀ ਵੀ ਨਹੀਂ ਮੰਨਦਾ ਇਹ ਇਸੇ ਹਾਲਾਤਾਂ ਕਰਕੇ ਵਿਗੜੇ ਹੋਏ ਆ ਨਸ਼ਾ ਆਪਣੇ ਵੱਧ ਹੋ ਗਿਆ ਨਸ਼ੇ ਨੇ ਕੰਮ ਖਰਾਬ ਕੀਤਾ ਵਾ ਹੋਰ ਜਿਵੇਂ ਨੌਜਵਾਨ ਹੋ ਗਏ ਸਮਾਂ ਵੀ ਬਦਲਿਆ ਹੈ ਨਾ ਬਦਲਿਆ ਪਹਿਲਾਂ ਤੇ ਹੁਣ ਬਦਲ ਗਿਆ ਜੀ ਇਸ ਸਮੇਂ ਤੇ ਕੋਈ ਗੀਤ ਲਿਖਿਆ ਤੁਸੀਂ ਨਹੀਂ ਇਹ ਤੇ ਨਹੀਂ ਕੋਈ ਲਿਖਿਆ ਜੀ ਲਿਖ ਲਾਂਗੇ ਆਪਾਂ ਕੋਈ ਲਿਖੋ ਜ਼ਰੂਰ ਇਹਦੇ ਤੇ ਵੀ ਲਿਖ ਦਾਂਗੇ ਆਪਾਂ ਅਗਲੀ ਵਾਰੀ ਉਹ ਵੀ ਸੁਣਾਵਾਂਗੇ ਸੁਣਾਵਾਂਗੇ ਜੀ ਜ਼ਰੂਰ ਸੁਣਾਵਾਂਗੇ ਹੋਰ ਕਿਹੜੇ ਕਿਹੜੇ ਮੁੱਦਿਆਂ ਦੇ ਗੀਤ ਲਿਖੇ ਹੋਏ ਤੁਸੀਂ ਤੁਹਾਡਾ ਪਸੰਦੀਦਾ ਕਿਹੜਾ ਸਭ ਤੋਂ ਵਧੀਆ ਪਸੰਦ ਕਿਹੜਾ ਤੁਹਾਨੂੰ ਸਭ ਤੋਂ ਵੱਧ ਸਾਨੂੰ ਸਭ ਤੋਂ ਵੱਧ ਤਾਂ ਇਹ ਘੋੜੇ ਵਾਲੀ ਸੀਗਾ ਘੋੜੇ ਵਾਲਾ ਘੋੜੇ ਵਾਲਾ ਘੋੜੇ ਵਾਲੀ ਬੱਸ ਹੈ ਘੋੜੇ ਵਾਲੀ ਬੱਸ ਚੜ ਗਈ ਠੀਕ ਹੈ ਇਹ ਕਦੋਂ ਲਿਖਿਆ ਇਹਨੂੰ ਹੋ ਗਿਆ ਜੀ ਮਤਲਬ ਕਿ ਇਹਨੂੰ ਹੋ ਗਏ 3-4 ਮਹੀਨੇ ਹਾਂ ਸ਼ੰਭੂ ਬਾਰਡਰ 'ਤੇ ਮੈਂ ਇਹ ਗੀਤ ਗਾ ਕੇ ਆਇਆ ਠੀਕ ਹੈ ਅਤੇ ਉੱਥੇ ਮਤਲਬ ਕਿ ਡਰਾਈਵਰਾਂ ਦਾ ਜਾਮ ਲੱਗਿਆ ਸੀ ਗੱਡੀਆਂ ਗਈਆਂ ਸੀ ਅਤੇ ਉੱਥੇ ਮੈਨੂੰ ਤਾਂ ਗੱਡੀ 'ਚੋਂ ਬਾਹਰ ਨਿਕਲਣੇ ਨਹੀਂ ਦਿੰਦੇ ਸੀ ਮਾਨਕ ਸਾਹਿਬ ਉਹ ਨੰਬਰ ਦੇ ਕੇ ਜਾਇਓ ਉਹਨਾਂ ਨੂੰ ਐਂ ਨਹੀਂ ਪਤਾ ਸੀ ਵੀ ਇਹ ਗੱਡੀ ਲੈ ਕੇ ਆਇਆ ਇੱਥੇ ਉਹ ਕਹਿੰਦੇ ਕਿਤੇ ਗਾਉਣ ਵਾਸਤੇ ਆਇਆ ਮੇਰੀ ਗੱਡੀ 'ਚ ਹੀ ਹੁੰਦੀ ਆ ਤੂੰ ਵੀ ਠੀਕ ਹੈ ਉਹ ਜਦੋਂ ਕਹਿੰਦੇ ਸਾਡੇ ਡਰਾਈਵਰ ਹੁੰਦੇ ਆ ਉਦੋਂ ਕਹਿੰਦੇ ਮਾਨਕਾ ਲਾਈ ਜਾਂ ਦੋ ਗੀਤ ਇਹ ਆਪਾਂ ਨੂੰ ਲਾਉਣੇ ਪੈਣਗੇ
ਠੀਕ ਹੈ। ਉਹ ਕਹਿੰਦੇ ਹੁਣ ਆਪਣੇ ਜੁਨੀਅਰ ਦੇ ਬੰਦੇ ਆ, ਕਹਿੰਦੇ ਵੀ ਤੂੰ ਸਾਂਝਾ ਬੰਦਾ। ਮੈਂ ਕਿਹਾ ਹਾਂ। ਕਹਿੰਦੇ ਤੂੰ ਜਾ। ਮੈਂ ਕਿਹਾ ਜਾ ਵੜਦਾ ਤੇ ਮੈਂ ਨਾਲ ਤਾਂ ਡਿਊਟੀ ਕਰਿਆ, ਨਾਲੇ ਗੱਡੀ ਲੈ ਕੇ ਨਾਲ ਤੂੰ ਵੀ ਜਾ, ਨਾਲੇ ਆਪਦਾ ਸ਼ੌਂਕ ਪੂਰਾ ਕਰ ਲਿਆ ਨਾ। ਠੀਕ ਹੈ। ਅੱਛਾ, ਸੜਕਾਂ ਦੇ ਉੱਪਰ ਕਿਹੜਾ ਗੀਤ ਤੁਸੀਂ ਕਹਿ ਰਹੇ ਸੀ? ਸੜਕਾਂ ਤੇ ਵੀ ਲਿਖਿਆ ਮੈਂ ਸੜਕਾਂ ਤੇ। ਹਾਂ ਕੀਤੀ ਸੇਵਾ ਪਾਣੀ ਫੁੱਲ, ਉਸ ਬੰਦੇ ਦਾ ਕੀ ਮੁੱਲ। ਕੀਤੀ ਸੇਵਾ ਪਾਣੀ ਫੁੱਲ, ਉਸ ਬੰਦੇ ਦਾ ਕੀ ਮੁੱਲ। ਉਹ ਬਹਿ ਕੇ ਗੱਡੀ ਵਿੱਚ ਆ ਗਿਆ, ਨਜ਼ਾਰਾ ਹਨੀ ਉਂਗਲੀ 'ਚ ਛੱਲਾ ਪਾ ਗਿਆ। ਉਹ ਮੈਨੂੰ ਮਾਣਕ ਚੜਾ ਕੇ ਲੈ ਗਿਆ, ਅੱਡੇ ਤੋਂ ਨੀਚੇ ਲੰਘਾ ਟਰਾਲਾ ਆ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਣ ਦਾ ਟਰਾਲਾ ਆ ਗਿਆ। ਉਹ ਜਦੋਂ ਰੋਡ ਤੇ ਚੜਾ ਕੇ ਟਾਪ ਖਿੱਚਿਆ ਨੀ, ਏਸੀ ਵਾਲੀ ਸੁੱਚ ਛੱਡਤੀ। ਜਿਹੜੀ ਗਰਮੀ ਦਿਮਾਗ ਵਿੱਚ ਮੇਰੇ ਸੀ ਨੀ, ਉਹ ਤਾਂ ਜੜ ਵਿੱਚੋਂ ਕੱਢਤੀ। ਜਿਹੜੀ ਗਰਮੀ ਦਿਮਾਗ ਵਿੱਚ ਮੇਰੇ ਸੀ ਨੀ, ਉਹ ਤਾਂ ਜੜ ਵਿੱਚੋਂ ਕੱਢਤੀ। ਮੈਂ ਤਾਂ ਪੇਕਿਆਂ ਨੂੰ ਚੱਲੀ ਬੜੇ ਪਿਆਰ ਨਾਲ, ਮੈਂ ਤਾਂ ਪੇਕਿਆਂ ਨੂੰ ਚੱਲੀ ਬੜੇ ਪਿਆਰ ਨਾਲ, ਨੀ ਡੁੱਬ ਜਾਣਾ ਕੁੰਡੀ ਲਾ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਾਂ ਦਾ ਟਰਾਲਾ ਆ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਅੱਡੇ ਤੋਂ ਨੀਚਰਾਂ ਦਾ ਟਰਾਲਾ ਆ ਗਿਆ। ਉਹ ਜਿੱਟੀ ਰੋਡ ਦਾ ਸਵਾਦ ਬੜਾ ਵੱਖਰਾ, ਤੇ ਫੁੱਲਾਂ ਨਸ ਜਾਈਆਂ ਸੜਕਾਂ। ਗੱਡੀ ਫੁੱਟਪਾਸ ਨਾਲ ਜਾਵੇ ਸੱਤਰਾਂ ਤੇ ਚੱਲੀਆਂ ਨਾ ਜਾਣ ਮਾੜਕਾਂ। ਉਹ ਗੱਡੀ ਫੁੱਟਪਾਸ ਨਾਲ ਜਾਵੇ ਸੱਤਰਾਂ ਤੇ ਚੱਲੀਆਂ ਨਾ ਜਾਣ ਮਾੜਕਾਂ। ਨਾਲੇ ਹੱਸਦਾ ਤੇ ਮੁੱਛ ਨੂੰ ਮਰੋੜਦਾ, ਨਾਲੇ ਹੱਸਦਾ ਤੇ ਮੁੱਛ ਨੂੰ ਮਰੋੜਦਾ, ਨਾਲੇ ਹਾਰਨ ਦਬਾ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਾਂ ਦਾ ਟਰਾਲਾ ਆ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਾਂ ਦਾ ਟਰਾਲਾ ਆ ਗਿਆ। ਹੋਡੀਕਾਂ ਤੇਰੀਆਂ ਟਰਾਲੀ ਪਿੱਛੇ ਲਿਖਿਆ ਤੇ ਕਰਦਾ ਕਮਾਈਆਂ ਚੰਗੀਆਂ। ਪਾਈਆਂ ਕੋਠੀਆਂ ਤੇ ਛੱਤਲੇ ਚਵਾ ਰਹੇ ਤੇ ਪਹਿਲਾਂ ਤਾਂ ਅਸੀਂ ਤਿੰਨ ਮੰਜੀਆਂ। ਹੋਡੀਕਾਂ ਤੇਰੀਆਂ ਟਰਾਲੀ ਪਿੱਛੇ ਲਿਖਿਆ ਤੇ ਕਰਦਾ ਕਮਾਈਆਂ ਚੰਗੀਆਂ। ਪਾਈਆਂ ਕੋਠੀਆਂ ਤੇ ਛੱਤਲੇ ਚਵਾ ਰਹੇ ਤੇ ਪਹਿਲਾਂ ਤਾਂ ਅਸੀਂ ਤਿੰਨ ਮੰਜੀਆਂ। ਉਹ ਬੜਾ ਮਿਹਨਤੀ ਆ ਮੁੰਡਾ ਕੰਮ ਕਰਦਾ, ਉਹ ਬੜਾ ਮਿਹਨਤੀ ਆ ਮੁੰਡਾ ਕੰਮ ਕਰਦਾ, ਤੇ ਠੰਡੇ ਮੰਦੇ ਪੈਰ ਲਾ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਾਂ ਦਾ ਟਰਾਲਾ ਆ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਾਂ ਦਾ ਟਰਾਲਾ ਆ ਗਿਆ। ਉਹ 1640 ਆ ਗਈ, ਗੇੜੇ ਫੇੜੇ ਕੱਢ ਕੇ ਤੇ ਕਿੱਡਾ ਸੋਹਣਾ ਟੂਰ ਲੱਗਿਆ। ਜਦ ਤੂੰ ਸ਼ਹਿਰ ਦਾ ਘੁੰਮਾਇਆ ਕੋਣਾ ਕੋਣਾ, ਤੇ ਗੰਗ ਸਰ ਗੇਟ ਲੱਭਿਆ। ਜਦ ਤੂੰ ਸ਼ਹਿਰ ਦਾ ਘੁੰਮਾਇਆ ਕੋਣਾ ਕੋਣਾ, ਤੇ ਗੰਗ ਸਰ ਗੇਟ ਲੱਭਿਆ। ਆਲਾ ਮਾਰ ਕੇ ਬਰੇਕਾਂ ਗੱਡੀ ਰੋਕਦੀ, ਆਲਾ ਮਾਰ ਕੇ ਬਰੇਕਾਂ ਗੱਡੀ ਰੋਕਦੀ, ਤੇ ਤਾਰੀ ਬਾਬਾ ਹੈਂਡਲ ਆ ਗਿਆ। ਮੈਨੂੰ ਮਾਣਕ ਚੜਾ ਕੇ ਲੈ ਗਿਆ, ਮੱਲੋ ਮੱਲੀ ਚਲਾਂ ਦਾ ਟਰਾਲਾ ਆ ਗਿਆ। ਨਾਰਾਂ ਦਾ ਟਰਾਲਾ ਆ ਗਿਆ, ਨਾਰਾਂ ਦਾ ਟਰਾਲਾ ਆ ਗਿਆ, ਉਹ ਪਾਰੀ ਦਾ ਟਰਾਲਾ ਆ ਗਿਆ। ਠੀਕ ਹੈ ਜੀ, ਠੀਕ ਹੈ ਜੀ। ਡੀਜ਼ਲ ਬਹੁਤ ਮਹਿੰਗਾ, ਗੱਡੀਆਂ ਦੇ ਕਿਰਾਏ ਓਨੇ ਹੈ ਨੀਗੇ। ਅੱਛਾ, ਨਹੀਂ ਉਹ ਮਤਲਬ ਗੱਡੀ ਆਪਾਂ ਖਿੱਚ ਕੇ ਰੱਖਾਂਗੇ, ਓਵਰਲੋਡ ਵਜਨ ਪਾਵਾਂਗੇ, ਓਵਰਲੋਡ ਜੋ ਆਪਾਂ ਟਾਇਰ ਪਾੜਾਂਗੇ। ਮਤਲਬ ਉਹੋ ਜਿਹੇ ਤਰੀਕੇ ਨਾਲ ਗੱਡੀ ਚਲਾਉਣੀ ਚਾਹੀਦੀ ਆ। ਜੇ ਗੱਡੀਆਂ 'ਚ ਵੱਜਦਾ ਪਾਸੇ ਲੋਕ ਵਿਚਾਰੇ ਲਈ ਫਿਰਦੇ ਆ, ਪਰ ਅੱਗੇ ਵਾਂਗੂ ਨਹੀਂ। ਜਿਵੇਂ ਅੱਗੇ ਵੱਜਦੇ ਸੀ ਇੱਕ ਵੇੜਾ ਲਾ ਲਿਆ ਅਤੇ ਆਪਾਂ 'ਚ ਦੋ ਦਿਨ ਨਾ ਵੀ ਜਾਂਦੇ, ਹੁਣ ਤਾਂ ਨਾਲ ਦੀਆਂ ਜਾਣਾ ਹੀ ਪੈਂਦਾ। ਠੀਕ ਹੈ, ਇੱਕ ਰਾਤ ਕੇ ਅਸੀਂ ਵੀ ਐਂ ਕਰਦੇ, ਇੱਕ ਰਾਤ ਰਹਿੰਦੇ ਸੀ ਅਤੇ ਫਿਰ ਹੀ ਸਮਝ ਲਓ ਵੀ ਵਿਹਲੇ ਨਹੀਂ ਬਹਿ ਸਕਦੇ, ਵਿਹਲੇ ਨਹੀਂ ਰਹਿੰਦੇ ਸੀ।
ਗੱਡੀ ਸਾਫ ਸੁਥਰੀ ਤੇ ਰੱਖਣੀ ਪੈਂਦੀ ਹੈ, ਮਤਲਬ ਕਿ ਵੀ ਜਾਣ ਤੋਂ ਬਿਆਰੀ ਹਾਂ, ਤੇ ਆਪ ਵੀ ਸਮਝ ਲਈ ਉਵੇਂ ਰਹਿਣਾ ਪੈਂਦਾ, ਮਿੱਟੀ ਕੱਟੀ ਸਮਝ ਲਓ। ਸਭ ਪਹਿਲਾਂ ਵਾਲੀ ਗੱਲ ਮਤਲਬ ਰਹੀ ਨਹੀਂ, ਪਹਿਲਾਂ ਵਾਲੀ ਗੱਲ ਇਹੀ ਕਾਰਨ ਆ ਵੀ ਲੋਕ ਹੁਣ ਇੱਧਰ ਨਹੀਂ ਜਾ ਰਹੇ। ਹਾਂਜੀ ਹਾਂਜੀ, ਇਹ ਡੀਜ਼ਲ ਬਾਰੇ ਵੀ ਆਪਾਂ ਗੀਤ ਲਿਖਿਆ, ਆਪਾਂ ਗੀਤ ਅੱਛਾ ਅਗਲੀ ਪੇਸ਼ਕਸ਼ ਕਰਾਂਗੇ। ਹਾਂ ਹੁਣ ਆਪਾਂ ਨਹੀਂ ਕਰਦੇ, ਠੀਕ ਹੈ ਅਗਲੀ ਤੋਂ ਕਰਦੇ। ਠੀਕ ਹੈ ਜੀ, ਡੀਜ਼ਲ ਬਾਰੇ ਗੀਤ ਲਿਖਿਆ। ਹਾਂ ਦੱਸ ਕਿਵੇਂ ਘਵਾਟੀ ਜਾਵਾਂਗੇ ਅਸੀਂ, ਮਾਲ ਕਿਵੇਂ ਭੁਗਤਾਵਾਂਗੇ, ਕੀ ਰਾਸ਼ਨ ਪਾਣੀ ਲਿਆਵਾਂਗੇ, ਫਿਰ ਵਿੱਚ ਸਬਜ਼ੀਆਂ ਸੜ ਜਾਣੀਆਂ, ਕੋਈ ਕਰੋ ਪਰਾਲਾ ਡੀਜ਼ਲ ਦਾ, ਰੂੜੀ ਤੇ ਗੱਡੀਆਂ ਖੜ ਜਾਣ। ਅੱਛਾ ਡੀਜ਼ਲ ਤੇ? ਹਾਂਜੀ ਵੀ ਮਤਲਬ ਰੇਟ ਜ਼ਿਆਦਾ ਹੋ ਗਿਆ। ਹਾਂ ਡੀਜ਼ਲ ਦਾ, ਹਾਂ ਕਿੰਨਾ ਚਾਹੀਦਾ ਤੁਹਾਡੇ ਹਿਸਾਬ ਨਾਲ? ਉੱਥੋਂ ਤਾਂ ਬਹੁਤ ਸਸਤਾ ਇਹ, ਇਹ ਮਤਲਬ ਕਿ ਆਪਣੇ ਬੰਦੇ ਹੀ ਗਾਂਹ ਤੋਂ ਗਾਂਹ ਗਾਂਹ ਤੋਂ ਗਾਂਹ ਵਧਾਈ ਰੱਖਦੇ ਆ, ਤਾਂ ਹੀ ਫਿਰ ਲੋਕ ਬਾਹਰ ਜਾ ਕੇ ਡਰਾਈਵਰੀ ਕਰਦੇ ਇੱਥੇ ਨਾਲੋਂ। ਹਾਂਜੀ ਹਾਂਜੀ ਹਾਂਜੀ, ਹੁਣ ਡੀਜ਼ਲ ਹੀ ਅਸੀਂ 2 ਰੁਪਏ ਲੀਟਰ ਪਾਉਂਦੇ ਰਹੇ ਹਾਂ। ਅੱਛਾ 2 ਰੁਪਏ 2.5 ਰੁਪਏ ਲੀਟਰ ਅਸੀਂ 100 ਦਾ ਤੇਲ ਪਾ ਲਿਆ, 5 ਲੀਟਰ ਚੱਲ ਗਈ, ਜਿਹਦੇ ਨੂੰ ਮਰਜ਼ੀ ਜਿੱਤ ਗੱਲ ਮਤਾ ਫਿਰਦੇ ਰਹਿੰਦੇ। ਅਤੇ ਹੁਣ ਤਾਂ ਮੇਰਾ ਖਿਆਲ ਵੀ 100 ਦਾ ਲੀਟਰ ਹੀ ਦਿੰਦੇ ਆ, ਲੀਟਰ 1 ਲੀਟਰ ਹੀ 100 ਦਾ ਦਿੰਦੇ। ਹਾਂਜੀ ਹਾਂਜੀ ਠੀਕ, ਹੋਰ ਤੁਸੀਂ ਦੱਸੋ ਜੀ ਕੁਛ, ਹੋਰ ਤੁਸੀਂ ਕੋਈ ਸੁਣਾਉਣਾ ਚਾਹੋ ਕੋਈ ਹੋਰ ਤੁਹਾਡਾ? ਨਹੀਂ ਇੰਨਾ ਬਹੁਤ, ਅਗਲੀ ਵਾਰ ਬਹੁਤ ਆਉਣਾ ਹੈ, ਅਗਲੀ ਵਾਰੀ ਕਰਾਂਗੇ। ਹਾਂਜੀ ਤੁਸੀਂ ਵੀ ਜਾਣਾ ਜੀ? ਹਾਂ ਬਿਲਕੁਲ, ਚਲੋ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ, ਠੀਕ ਹੈ ਜੀ। ਤਾਂ ਇੱਦਾਂ ਦੀਆਂ ਹੋਰ ਇੰਟਰਵਿਊ ਦੇ ਦਿੰਦੇ ਰਹੋ ਲੋਕਵਾਚ ਟੀਵੀ। ਧੰਨਵਾਦ।